हेलो स्टूडेंट्स, आज दे लेक्चर च असी गल करांगे हाइड्रोलिक ब्रेक बारे। आपां लास्ट लेक्चर च हाइड्रोलिक ब्रेक दी वर्किंग कंस्ट्रक्शन बारे पढ़िया सीगा। अज असी गल करांगे भी हाइड्रोलिक ब्रेक दी जिहड़े एडवांटेजेस की ने ते उहदीआं डिसएडवांटेजेस की ने, भी आपां जिहड़े हाइड्रोलिक ब्रेक सिस्टम यूज करते हां उहदे फायदे की ने ते उहदे नुकसान की ने। सो उहदे च आपां सब तों पहले जे आपां एडवांटेज की गल करते हां ते एडवांटेज चो की कहिंदे ने, पहला जो एडवांटेज है ना हाइड्रोलिक ब्रेक सिस्टम का वो है वे कि देयर आर नो लिंकेजिस रोड्स एंड ज्वाइंट्स कनेक्टिंग ब्रेक शूज एज सच सिस्टम इज नीट एंड सिंपल। जो असी मकैनिकल ब्रेक पढ़िया सीगा ना, असी मकैनिकल ब्रेक दे विच स्टडी किया सीगा वी इहदे च लीवर लगे ने, कैम्स लगियां ने, रोड्स लगियां ने ते उहनां दी हैल्प दे नाल मकैनिकल ब्रेक काम करती है। जो हाइड्रोलिक ब्रेक की गल करते पे ने तो वह की कहते पे ने, हाइड्रोलिक ब्रेक के ऐदा की कोई चीज नहीं लगी, ना ही कोई कैम लगी है, ना ही कोई लिंक लगा है, ना ही कोई रॉड लगी है, ना ही कोई ज्वाइंट लगा है। ठीक है, ऐदा दिया चीजा हाइड्रोलिक ब्रेक सिस्टम के नहीं लगिया, जिदे करके जो हाइड्रोलिक ब्रेक सिस्टम है ना वह नीट है, साफ है ते सिंपल है, भी उहदे च कोई कंपलैक्सिटी नहीं हैगी। जिहड़ा हाइड्रोलिक ब्रेक सिस्टम का सर्कट होएगा या सिस्टम होएगा वह सिंपल होएगा, उहदे च किसी भी तरह का कोई भी कंप्लीकेशन नहीं होएगी, कोई भी कंपलैक्सिटी नहीं होएगी। क्योंकि की रीजन की हो गया ना, उहदे च कोई लिंक लगा, ना रॉड लगी, ना ज्वाइंट लगे, ना कैम लगी, ना तुहानूं कोई चीज समझण की लोड़ पई भी किहड़ा लिंक किहदे नाल जुड़दा पिया है, किहड़ा ज्वाइंट किहदे नाल जुड़दा पिया है, ऐदां दीआं चीजां नहीं सीगियां। इस करके की होया, हाइड्रोलिक ब्रेक सिस्टम जिहड़ा सीगा वह सिंपल बन गया, नीट बन गया, साफ सुथरा बन गया। सो पहला एडवांटेज हो गया भी उहदे च आपां कोई लिंक रॉड ज्वाइंट ब्रेक शू वगैरह यूज नहीं करते, कनैक्टिंग ब्रेक शू वगैरह यूज नहीं करते। ठीक है जी, यह सीगा पहला एडवांटेज। दूजे एडवांटेज च की कहिंदे ने, सिस्टम प्रोवाइड्स इक्वल ब्रेकिंग इफेक्ट ऑन ऑल व्हील्स। जिहड़ा हाइड्रोलिक ब्रेक सिस्टम है ना वह की करता है, जिन्ना भी ब्रेकिंग इफेक्ट है ना ਉਹ ਇਕੁਅਲ ਦਿੰਦਾ ਹੈ ਸਾਰੇ ਵੀਲਸ ਤੇ। ਕੋਈ ਮਤਲਬ ਜਦੋਂ ਵੀ ਆਪਾਂ ਹਾਈਡ੍ਰੋਲਿਕ ਬ੍ਰੇਕ ਅਪਲਾਈ ਕਰਾਂਗੇ ਨਾ ਤੇ ਜਿੰਨੇ ਵੀ ਮਤਲਬ ਵੀਲ ਨੇ ਨਾ, ਹਰ ਵੀਲ ਦੇ ਉੱਤੇ ਇਕੁਅਲ ਬ੍ਰੇਕਿੰਗ ਇਫੈਕਟ ਲੱਗੇਗਾ। ਇਹ ਨਹੀਂ ਵੀ ਕਿਸੇ ਤੇ ਜ਼ਿਆਦਾ ਲੱਗ ਗਿਆ, ਕਿਸੇ ਤੇ ਘੱਟ ਲੱਗ ਗਿਆ, ਜਾਂ ਕਿਸੇ ਨੂੰ ਪਹਿਲੇ ਜ਼ਿਆਦਾ ਕੁਆਂਟਿਟੀ ਦੇ ਵਿੱਚ ਬ੍ਰੇਕਿੰਗ ਐਕਸ਼ਨ ਮਿਲ ਗਿਆ, ਕਿਸੇ ਨੂੰ ਘੱਟ ਕੁਆਂਟਿਟੀ ਦੇ ਵਿੱਚ ਬ੍ਰੇਕਿੰਗ ਐਕਸ਼ਨ ਮਿਲ ਗਿਆ, ਏਦਾਂ ਦੀ ਚੀਜ਼ ਨਹੀਂ ਹੋਏਗੀ। ਸਾਰਿਆਂ ਨੂੰ, ਚਾਰੋ ਦੇ ਚਾਰੋ ਵੀਲਸ ਨੂੰ ਇਕੁਅਲ ਕੁਆਂਟਿਟੀ ਦੇ ਵਿੱਚ ਬ੍ਰੇਕਿੰਗ ਇਫੈਕਟ ਜਿਹੜਾ ਉਹ ਮਿਲੇਗਾ ਜੇ ਆਪਾਂ ਹਾਈਡ੍ਰੋਲਿਕ ਬ੍ਰੇਕਿੰਗ ਸਿਸਟਮ ਯੂਜ਼ ਕਰਾਂਗੇ। ਇਹੀ ਜੇ ਆਪਾਂ ਮਕੈਨੀਕਲ ਦੀ ਗੱਲ ਕਰਦੇ ਹਾਂ ਤੇ ਮਕੈਨੀਕਲ ਦੇ ਵਿੱਚ ਕੀ ਨੇ, ਲਿੰਕ ਨੇ, ਜੁਆਇੰਟ ਨੇ, ਕੋਈ ਲਿੰਕ ਢਿੱਲਾ ਹੋ ਗਿਆ, ਕੋਈ ਜੁਆਇੰਟ ਢਿੱਲਾ ਹੋ ਗਿਆ, ਉਹਦੇ ਨਾਲ ਕੀ ਹੋਏਗਾ, ਉਹਦੇ ਨਾਲ ਫਿਰ ਬ੍ਰੇਕਿੰਗ ਸਿਸਟਮ ਵੀ ਬਰਾਬਰ ਨਹੀਂ ਰਹੇਗਾ। ਹਾਈਡ੍ਰੋਲਿਕ ਸਿਸਟਮ ਦੇ ਵਿੱਚ ਕੀ ਹੋਏਗਾ, ਬ੍ਰੇਕਿੰਗ ਸਿਸਟਮ ਜਿਹੜਾ ਹਰ ਪਾਰਟ ਦੇ ਉੱਤੇ ਬਰਾਬਰ ਰਹੇਗਾ, ਹਰ ਵੀਲ ਦੇ ਉੱਤੇ ਬਰਾਬਰ ਰਹੇਗਾ, ਇਕੁਅਲ ਰਹੇਗਾ। ਥਰਡ, ਵੇਅਰਿੰਗ ਪਾਰਟਸ ਆਰ ਲੈਸਰ। ਜਿਹੜੇ ਵੇਅਰਿੰਗ ਵਾਲੇ ਪਾਰਟ ਨੇ, ਜਿਹੜੇ ਘਸਣ ਵਾਲੇ ਪਾਰਟ ਨੇ, ਉਹ ਘੱਟ ਨੇ। ਹਾਈਡ੍ਰੋਲਿਕ ਬ੍ਰੇਕ ਸਿਸਟਮ ਦੇ ਵਿੱਚ ਉਹ ਪਾਰਟਸ ਜਿਹੜੇ ਵੀਅਰ ਹੋਣ ਵਾਲੇ ਨੇ, ਜਿਹੜੇ ਘਸਣ ਵਾਲੇ ਨੇ, ਉਹ ਘੱਟ ਨੇ। ਮਤਲਬ ਜਿਹੜਾ ਵੀਅਰ ਐਂਡ ਟੀਅਰ ਹੋਏਗਾ ਹਾਈਡ੍ਰੋਲਿਕ ਬ੍ਰੇਕ ਸਿਸਟਮ ਦੇ ਵਿੱਚ, ਉਹ ਘੱਟ ਹੋਏਗਾ, ਕਿਉਂਕਿ ਇਹਦੇ ਵਿੱਚ ਵੀਅਰ ਹੋਣ ਵਾਲੇ ਜਿਹੜੇ ਪਾਰਟ ਨੇ ਉਹ ਘੱਟ ਨੇ। ਜੇ ਵੀਅਰ ਹੋਣ ਵਾਲੇ ਪਾਰਟ ਜ਼ਿਆਦਾ ਹੋਣਗੇ ਫਿਰ ਵੀਅਰਿੰਗ ਜ਼ਿਆਦਾ ਹੋਏਗੀ। ਸੋ ਹਾਈਡ੍ਰੋਲਿਕ ਬ੍ਰੇਕ ਸਿਸਟਮ ਦੇ ਵਿੱਚ ਜਿਹੜੀ ਵੀਅਰਿੰਗ ਹੈ, ਮਤਲਬ ਜਿਹੜੀ ਉਹਦੀ ਮੇਨਟੇਨੈਂਸ ਹੈ, ਉਹ ਘੱਟ ਗਈ। ਇਹ ਵੀ ਇੱਕ ਤਰ੍ਹਾਂ ਦਾ ਐਡਵਾਂਟੇਜ ਹੋ ਗਿਆ, ਵੀਅਰਿੰਗ ਪਾਰਟ ਘੱਟ ਹੋਣੇ। ਫੋਰਥ ਪੁਆਇੰਟ, ਲੈਸ ਫੁੱਟ ਪ੍ਰੈਸ਼ਰ ਇਜ਼ ਰਿਕੁਆਇਰਡ ਫੋਰ ਸਟੋਪਿੰਗ ਦੀ ਵਹੀਕਲ। ਵਹੀਕਲ ਨੂੰ ਰੋਕਣ ਦੇ ਲਈ ਜਿਹੜਾ ਫੁੱਟ ਪ੍ਰੈਸ਼ਰ ਚਾਹੀਦਾ ਸੀਗਾ ਉਹ ਘੱਟ ਸੀਗਾ। ਲੈਸ ਫੁੱਟ ਪ੍ਰੈਸ਼ਰ ਇਜ਼ ਰਿਕੁਆਇਰਡ ਫੋਰ ਸਟੋਪਿੰਗ ਦੀ ਵਹੀਕਲ, ਮਤਲਬ ਵਹੀਕਲ ਨੂੰ ਰੋਕਣ ਦੇ ਲਈ ਸਾਨੂੰ ਜਿਹੜਾ ਪ੍ਰੈਸ਼ਰ ਪਾਉਣਾ ਪਏਗਾ ਫੁੱਟ ਦੇ ਨਾਲ, ਆਪਣੇ ਫੀਟ ਦੇ ਨਾਲ, ਉਹ ਘੱਟ ਪਾਉਣਾ ਪਏਗਾ। ਜੇ ਮਕੈਨੀਕਲ ਬ੍ਰੇਕ ਦੀ ਗੱਲ ਕਰਦੇ ਹਾਂ ਨਾ ਆਪਾਂ, ਤੇ ਮਕੈਨੀਕਲ ਬ੍ਰੇਕ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਜ਼ੋਰ ਲਾਉਣਾ ਪੈਂਦਾ ਫਿਰ ਆਪਾਂ ਬ੍ਰੇਕ ਨੂੰ ਅਪਲਾਈ ਕਰਦੇ ਹਾਂ। ਬਟ ਜੇ ਆਪਾਂ ਹਾਈਡ੍ਰੋਲਿਕ ਬ੍ਰੇਕ ਸਿਸਟਮ ਦੀ ਗੱਲ ਕਰਦੇ ਹਾਂ, ਹਾਈਡ੍ਰੋਲਿਕ ਬ੍ਰੇਕ ਸਿਸਟਮ ਦੇ ਵਿੱਚ ਜਿਹੜਾ ਫੁੱਟ ਦਾ ਪ੍ਰੈਸ਼ਰ ਹੈ ਉਹ ਘੱਟ ਹੈ, ਵੀ ਮਤਲਬ ਆਪਾਂ ਹਲਕੇ ਜੇ ਪੈਰ ਦੇ ਨਾਲ ਵੀ ਪੈਡਲ ਨੂੰ ਪ੍ਰੈਸ ਕਰਦੇ ਹਾਂ ਤੇ ਬ੍ਰੇਕ ਜਿਹੜੀ ਹੈ ਉਹ ਅਪਲਾਈ ਹੋ ਜਾਂਦੀ ਹੈ। ਇਸ ਕਰਕੇ ਇਹ ਵੀ ਇੱਕ ਤਰ੍ਹਾਂ ਦਾ ਐਡਵਾਂਟੇਜ ਹੋ ਗਿਆ, ਵੀ ਮਤਲਬ ਜਿਹੜਾ ਡਰਾਈਵਰ ਹੈ ਨਾ ਉਹਦਾ ਘੱਟ ਜ਼ੋਰ ਲੱਗੇਗਾ ਬ੍ਰੇਕ ਨੂੰ ਅਪਲਾਈ ਕਰਨ ਦੇ ਲਈ, ਬ੍ਰੇਕ ਨੂੰ ਲਗਾਉਣ ਦੇ ਲਈ। ਇਹ ਇੱਕ ਐਡਵਾਂਟੇਜ ਹੋ ਗਿਆ ਹਾਈਡ੍ਰੋਲਿਕ ਬ੍ਰੇਕ ਸਿਸਟਮ ਦਾ।
फिफ्थ की है सिस्टम इज सेल्फ कंपनसेटिंग। जेकर सिस्टम दे विच कोई खराबी माड़ी मोटी आ जाती है तो वह जी खराबी है वह अपने आप कंपनसेट हो जाती है, अपने आप उसकी कमी जी है वह पूरी हो जाती है। इस करके की कहते हो भी यह जो सिस्टम है ना यह सैल्फ कंपनसेटिंग है। सैल्फ कंपनसेटिंग मतलब की होया अपनी जी माड़ी मोटी जो कोई खराबी आ गई जो कोई कमी आ गई उन्हें माड़ी मोटी कमी को अपने आप ही ठीक कर लेना है, मतलब छोटी मोटी प्रॉब्लम जी है वह इनू इफेक्ट करती ही नहीं। यह भी एक तरह का एडवांटेज हो गया हाइड्रोलिक ब्रेक सिस्टम का भी, मतलब जो छोटा मोटा कोई मतलब प्रॉब्लम जी है वह कोई इशू नहीं है जो हाइड्रोलिक ब्रेक सिस्टम के आ जाता है। इस करके की कहते हो सिस्टम इज सैल्फ कंपनसेटिंग, खुद ही कंपनसेट कर देता है। कंपनसेट का मतलब की होंगे भी किसी चीज न मतलब कंपनसेट करना, या आप इदा कह दिए कोई एरर है उस एरर नू कंपनसेट करना है, कोई एरर है कोई खराबी है उस खराबी नू ठीक करना है। उस खराबी नू ठीक करन दे लई सानू की करना पेगा, कोई ना कोई सानू मकैनिक बुलाना पेगा वो खराबी नू ठीक करेगा। बट जेड़ा हाइड्रोलिक ब्रेक सिस्टम है ना यह सैल्फ कंपनसेटिंग है भी इहदे च जेकर कोई माड़ा मोटा एरर आ भी जांदा ना तो वह अपने आप ठीक हो जाएगा, अपने आप कंपनसेट हो जाएगा। फिफ्थ पॉइंट तो बाद सिक्स पॉइंट आ गया। सिक्स पॉइंट की कहते हैं डिफरेंट ब्रेकिंग फोर्स कैन ईजली बी अपलाइड टू डिफरेंट व्हील्स अकॉर्डिंग टू द रिक्वायरमेंट। जे कहते असी अपने रिक्वायरमेंट के अकॉर्डिंग किसी भी व्हील से फोर्स न घटा भी सकते हैं तो किसी भी व्हील से फोर्स न वधा भी सकते हैं, मतलब डिफरेंट ब्रेकिंग फोर्स हर व्हील के उत्ते ब्रेकिंग फोर्स जी है उन्होंने असी अलग कर सकते हैं। कैन ईजली बी अपलाइड ईजली उन्होंने अपलाई किया जा सकता है टू डिफरेंट व्हील किसी भी व्हील से अकॉर्डिंग टू द रिक्वायरमेंट। फॉर एग्जाम्पल असं चाहते हैं भी साढ़े जोड़े अगे वाले व्हील ने उन्होंने जो ब्रेक मारीे घट फोर्स मिले, ठीक है, जोड़े रीयर वाले व्हील्स ने उन्होंने ज़्यादा ब्रेकिंग मतलब एक्शन मिले, ठीक है। यदा मतलब की है जी ब्रेकिंग फोर्स है ना उन्होंने आप ईजली घटा वधा सकते हैं अपने अकॉर्डिंग। यह भी एक तरह का एडवांटेज हो गया हाइड्रोलिक ब्रेक सिस्टम का, अपनी रिक्वायरमेंट के अकॉर्डिंग आप घटा वधा सकते हैं। सैवंथ पॉइंट दी सिस्टम इज सैल्फ लुब्रीकेटिंग। सैल्फ लुब्रीकेटिंग तो होएगा ही होएगा, क्यों? क्योंकि बिच आप हाइड्रोलिक ऑयल यूज करते पे हाँ, जे आप हाइड्रोलिक ऑयल यूज करते पे हाँ वह की करता पाया सिस्टम चलाता भी पाया तो सिस्टम लुब्रीकेट भी करता पाया। इस करके उन्होंने की कहता भी जो सिस्टम है वह सैल्फ लुब्रीकेटिंग है, भी अपने आप ही लुब्रीकेट करी जाता पाया बॉडी पूरे के पूरे सिस्टम अपने आप लुब्रीकेट करता पाया, बारो आप कोई लुब्रीकेशन प्रोवाइड नहीं करते पे। लुब्रीकेशन तुम ऑटो इंजन के पढ़ दिया होगा भी लुब्रीकेशन की चीज़ है, कितना इंपोर्टेंट पार्ट है लुब्रीकेशन किसी भी इंजन के किसी भी गड्डी के किसी भी मशीन के। सो जिहड़ा एडवांटेज हो गया हाइड्रोलिक ब्रेक सिस्टम का वह भी हो गया कि अपने आप में सैल्फ लुब्रीकेटिंग है। एक बार आप जो दोबारा नज़र मारते हैं एडवांटेज के ब्रेक सिस्टम हाइड्रोलिक ब्रेक सिस्टम के, पहला एडवांटेज की सगा ए कोई लिंक नहीं है कोई रॉड नहीं है कोई ज्वाइंट नहीं है, इस करके सिंपल है तो नीट है। दूजा की सगा भी जोड़ा सिस्टम है वह जो आप ब्रेक अपलाई करा सारे ब्रेक्स सारे व्हील्स के उत्ते इक्वल ब्रेकिंग इफेक्ट जोड़ा वह देगा। थर्ड जो आप पढ़िया थर्ड की कहते हैं वेयरिंग पार्ट्स आर लैसर, भी जोड़े वेयरिंग वाले पार्ट्स ने जोड़े पार्ट्स घसन वाले ने वह घट ने, इस करके मेनटेनेंस की लड़ घट पी है। अगला सगा भी अपन जो फुट प्रैशर चाहिए वहीकल में रोकन के लिए वह भी घट चाहिए। जोड़ा सिस्टम है वह सैल्फ कंपनसेटिंग है, जिहड़ी ब्रेकिंग फोर्स है वह किसी भी व्हील से असी अपनी रिक्वायरमेंट के अकॉर्डिंग घट घटा वधा सकते हैं सैट कर सकते हैं, तो जिहड़ा सिस्टम है वह की है सैल्फ लुब्रीकेटिंग है, अपने आप को अपने आप ही लुब्रीकेट कर लैंदा पूरे के पूरे सिस्टम को, सानू लुब्रीकेट करने की लोड़ नहीं पैंदी। उहदा कारण की सीगा भी वह हाइड्रोलिक ऑयल यूज करता पाया, हाइड्रोलिक ऑयल की करता है सिस्टम को चलाने के नाल नाल लुब्रीकेशन भी प्रोवाइड कर दिंदा है। हुण जे किसी चीज़ के फायदे ने तो वह नुकसान भी होंगे, हुण आपां नुकसान बारे गल करते हैं डिसएडवांटेजेस ऑफ हाइड्रोलिक ब्रेक सिस्टम। जे डिसएडवांटेज की गल करते हैं सब तो पहला डिसएडवांटेज की है ईवन स्लाइट लीकेज ऑफ एयर इन टू द ब्रेकिंग सिस्टम मेक्स इट यूजलैस। कहते जे थोड़ी जी भी एयर, ठीक है, हल्की जी भी एयर लीकेज हो गए किसी पाइप चो ब्रेकिंग सिस्टम के अंदर चली गई तो उस एयर ने की करना है पूरे के पूरे सिस्टम को खराब कर देना, यूजलैस कर देना, वह सिस्टम चलना बंद हो जाएगा क्योंकि एयर न कंप्रैस नहीं किया जा सकता, एयर जी इनकंप्रैसीबल है। जेकर वह किसी सिस्टम के आ जाए तो वह फिर इनकंप्रैसीबल हो जाती है, फिर आप जिन्ना मर्जी फुट पैडल के नाल प्रैशर पाई जाइए एयर ने कंप्रैस नहीं होना, कंप्रैस ना होना मतलब कि उन्हें सिस्टम को चलन नहीं देना। इस करके
हाइड्रोलिक ब्रेक सिस्टम दे विच एयर जिहड़ी है वह बड़ी खतरनाक चीज है, एयर नूं असीं एंटर नहीं करन देना। जेकर एयर अंदर एंटर करती है तो वह ब्रेकिंग सिस्टम नूं नुकसान पहुंचाएगी। किसी भी हाइड्रोलिक ब्रेकिंग सिस्टम दे विच एयर नूं रिमूव करन नूं किसी भी हाइड्रोलिक सिस्टम दे विच हाइड्रोलिक ऑयल दे विचों एयर रिमूव करन नूं असीं की कहिंदे आ ब्लीडिंग। वह असीं ब्लीडिंग कितना करते हैं वह असीं अगे स्टडी करते हैं। फिलहाल असीं जे डिसएडवांटेज की गल करते हैं तो डिसएडवांटेज की हो गया हाइड्रोलिक ब्रेक सिस्टम का, भी जे हल्की जी भी एयर अंदर एंटर कर गई तो वह की करेगी पूरे के पूरे सिस्टम यूजलैस कर देगी, खराब कर देगी, खत्म कर देगी। ठीक है जी, यह सीगा डिसएडवांटेज पहला। जे आप दूजे डिसएडवांटेज की गल करते हैं, दूजे डिसएडवांटेज की कहते हैं, दिस सिस्टम इज सूटेबल फॉर अपलाइंग ब्रेक्स इंटरमीटेंटली। इंटरमीटेंटली का मतलब की है, तुसी जदों ए ट्रिपली पढ़ी होएगी, ए ट्रिपली दे विच एक पढ़िया होएगा चार्जिंग मैथड्स, जिदे विच बूस्ट चार्जिंग, स्लो चार्जिंग, फास्ट चार्जिंग, ट्रिकल चार्जिंग, इंटरमीटेंट चार्जिंग, ऐदा दे टॉपिक पढ़े होंगे। एक सीगा इंटरमीटेंट चार्जिंग। इंटरमीटेंट चार्जिंग का मतलब की होंगे, असी थोड़ी देर लई बैटरी नूं चार्ज किया, फिर बैटरी नूं छड्डता, फिर बैटरी नूं चार्ज किया एक घंटे वास्ते, फिर एक घंटे वास्ते रैसट देती, फिर एक घंटे वास्ते चार्ज किया, फिर एक घंटे वास्ते रैसट देती। उस चीज नूं असीं कहिंदे आ इंटरमीटेंट चार्जिंग। उदां ही की कहिंदे ने वी जिहड़ा हाइड्रोलिक ब्रेक सिस्टम है ना, उहनूं वी असीं ब्रेक लगाउण दे लई यूज करदे आ, बट इंटरमीटेंटली। इंटरमीटेंटली दा मतलब की है, ਇਹ ਨਹੀਂ ਵੀ ਆਪਾਂ ਬ੍ਰੇਕ ਅਪਲਾਈ ਕੀਤੀ ਬ੍ਰੇਕ ਛੱਡਤੀ, ਫਿਰ ਬ੍ਰੇਕ ਅਪਲਾਈ ਕੀਤੀ ਫਿਰ ਬ੍ਰੇਕ ਛੱਡਤੀ, ਫਿਰ ਬ੍ਰੇਕ ਅਪਲਾਈ ਕੀਤੀ ਫਿਰ ਬ੍ਰੇਕ ਛੱਡਤੀ। ਏਦਾਂ ਆਪਾਂ ਕੰਮ ਜਿਹੜਾ ਉਹ ਹਾਈਡ੍ਰੋਲਿਕ ਬ੍ਰੇਕ ਸਿਸਟਮ ਤੋਂ ਨਹੀਂ ਲੈ ਸਕਦੇ। ਹਾਈਡ੍ਰੋਲਿਕ ਬ੍ਰੇਕ ਸਿਸਟਮ ਜਿਹੜਾ ਉਹ ਇੰਟਰਮੀਡੈਂਟਲੀ ਕੰਮ ਕਰਦਾ, ਵੀ ਮਤਲਬ ਇੱਕ ਵਾਰ ਬ੍ਰੇਕ ਅਪਲਾਈ ਕਰਤੀ ਫਿਰ ਸਾਨੂੰ ਬ੍ਰੇਕ ਪੈਡਲ ਨੂੰ ਰਿਲੀਜ਼ ਕਰਨਾ ਪਏਗਾ। ਬ੍ਰੇਕ ਪੈਡਲ ਨੂੰ ਆਪਾਂ ਜਦੋਂ ਰਿਲੀਜ਼ ਕਰਾਂਗੇ ਉਦੋਂ ਵਾਪਸ ਰਿਜ਼ਰਵਾਇਰ ਦੇ ਵਿੱਚ ਆਇਲ ਜਾਏਗਾ, ਮਾਸਟਰ ਸਿਲੰਡਰ ਦੇ ਵਿੱਚ ਆਇਲ ਜਾਏਗਾ, ਫਿਰ ਅਸੀਂ ਪੈਡਲ ਪ੍ਰੈਸ ਕਰਾਂਗੇ, ਫਿਰ ਉਹ ਆਇਲ ਕੰਪਰੈਸ ਹੋਏਗਾ, ਫਿਰ ਉਹ ਅੱਗੇ ਐਕਸ਼ਨ ਬ੍ਰੇਕਿੰਗ ਐਕਸ਼ਨ ਕ੍ਰੀਏਟ ਕਰੇਗਾ। ਸੋ ਮਤਲਬ ਕੀ ਹੋ ਗਿਆ, ਦੋ ਡਿਸਐਡਵਾਂਟੇਜ ਹੋ ਗਏ। ਇੱਕ ਪਹਿਲਾ ਸੀਗਾ ਵੀ ਏਅਰ ਜੀ ਐਂਟਰ ਕਰ ਗਈ, ਏਅਰ ਨੇ ਸਿਸਟਮ ਨੂੰ ਖਰਾਬ ਕਰ ਦੇਣਾ। ਦੂਜਾ ਡਿਸਐਡਵਾਂਟੇਜ ਕੀ ਹੋ ਗਿਆ, ਵੀ ਇਹ ਜਿਹੜਾ ਸਿਸਟਮ ਹੈ ਇਹ ਸਿਰਫ ਤੇ ਸਿਰਫ ਇੰਟਰਮੀਡੈਂਟ ਦੀ ਜੇ ਆਪਾਂ ਬ੍ਰੇਕਸ ਲਗਾਉਣੀ ਹੈ, ਵੀ ਮਤਲਬ ਇੱਕ ਬ੍ਰੇਕ ਵਾਰ ਬ੍ਰੇਕ ਲਗਾਉਣ ਤੋਂ ਬਾਅਦ ਥੋੜ੍ਹਾ ਗੈਪ ਕੱਢ ਕੇ ਬ੍ਰੇਕ ਲਗਾਉਣੀ ਹੈ, ਫਿਰ ਇਹ ਸਿਸਟਮ ਸੂਟੇਬਲ ਹੈ, ਅਦਰਵਾਈਜ਼ ਇਹ ਸਿਸਟਮ ਸੂਟੇਬਲ ਨਹੀਂ ਹੈ। ਜੇ ਆਪਾਂ ਕਈ ਆਪਾਂ ਬਾਰ ਬਾਰ ਬ੍ਰੇਕਸ ਲਗਾ ਕੇ ਰੱਖਣੀਆਂ, ਹਮੇਸ਼ਾ ਲਗਾ ਕੇ ਰੱਖਣੀਆਂ, ਫਿਰ ਇਹ ਸਿਸਟਮ ਜਿਹੜਾ ਉਹ ਕਾਮਯਾਬ ਨਹੀਂ ਮੰਨਿਆ ਜਾਂਦਾ, ਕਿਉਂਕਿ ਇਹਦੇ ਵਿੱਚ ਕੀ ਹੈ, ਸਾਰੇ ਦਾ ਸਾਰਾ ਸਿਸਟਮ ਚੱਲਦਾ ਹਾਈਡ੍ਰੋਲਿਕ ਆਇਲ ਦੇ ਪ੍ਰੈਸ਼ਰ ਦੇ ਨਾਲ। ਪ੍ਰੈਸ਼ਰ ਤੇ ਸਾਰੀ ਚੀਜ਼ ਡਿਪੈਂਡ ਕਰਦੀ ਹੈ, ਤੇ ਜਦੋਂ ਵੀ ਆਪਾਂ ਕੋਈ ਚੀਜ਼ ਦੇਖਦੇ ਹਾਂ ਜਿੰਨਾ ਮਰਜ਼ੀ ਆਪਾਂ ਪ੍ਰੈਸ਼ਰ ਕ੍ਰੀਏਟ ਕਰ ਲਈਏ, ਉਹ ਕਿਤੋਂ ਨਾ ਕਿਤੇ ਪ੍ਰੈਸ਼ਰ ਦੀ ਲੀਕੇਜ ਆ ਹੀ ਜਾਂਦੀ ਹੈ। ਜੇ ਪ੍ਰੈਸ਼ਰ ਦੀ ਲੀਕੇਜ ਆ ਜਾਏਗੀ, ਪ੍ਰੈਸ਼ਰ ਦੀ ਲੀਕੇਜ ਆਉਣ ਦੇ ਨਾਲ ਪ੍ਰੈਸ਼ਰ ਅੰਦਰ ਡਰੋਪ ਕਰੇਗਾ, ਪ੍ਰੈਸ਼ਰ ਡਰੋਪ ਕਰੇਗਾ ਤੇ ਹਾਈਡ੍ਰੋਲਿਕ ਬ੍ਰੇਕ ਸਿਸਟਮ ਕੰਮ ਨਹੀਂ ਕਰੇਗਾ। ਸੋ ਜਿਹੜਾ ਹਾਈਡ੍ਰੋਲਿਕ ਬ੍ਰੇਕ ਸਿਸਟਮ ਹੈ ਉਹ ਇੰਟਰਮੀਡੈਂਟ ਬ੍ਰੇਕਸ ਦੇ ਲਈ ਸੂਟੇਬਲ ਹੈ। ਇਹ ਸੀਗਾ ਦੂਸਰਾ ਡਿਸਐਡਵਾਂਟੇਜ। ਸੋ ਦੋ ਡਿਸਐਡਵਾਂਟੇਜ ਸੀਗੇ, ਸੱਤ ਐਡਵਾਂਟੇਜ ਸੀਗੇ ਹਾਈਡ੍ਰੋਲਿਕ ਬ੍ਰੇਕ ਸਿਸਟਮ ਦੇ। ਅੱਗੋਂ ਗੱਲ ਕਰਦੇ ਹਾਂ ਅਸੀਂ ਬ੍ਰੇਕ ਫਲੂਇਡ ਦੀ। ਬ੍ਰੇਕ ਫਲੂਇਡ ਕਿਹਨੂੰ ਕਹਿੰਦੇ ਆ, ਜਿਹੜਾ ਆਪਾਂ ਹਾਈਡ੍ਰੋਲਿਕ ਆਇਲ ਜਾਂ ਬ੍ਰੇਕ ਆਇਲ ਦੀ ਗੱਲ ਕਰਦੇ ਹਾਂ, ਉਹ ਕੀ ਚੀਜ਼ ਹੈ। ਬ੍ਰੇਕ ਫਲੂਇਡ ਦੇ ਵਿੱਚ ਸਭ ਤੋਂ ਪਹਿਲੇ ਕੀ ਕਹਿੰਦੇ ਨੇ, ਬ੍ਰੇਕ ਫਲੂਇਡ ਯੂਜ਼ਡ ਇਨ ਹਾਈਡ੍ਰੋਲਿਕ ਬ੍ਰੇਕ ਸਿਸਟਮ ਇਜ਼ ਯੂਜ਼ਲੀ ਅਵੇਲੇਬਲ ਇਨ ਪੈਟਰੋਲੀਅਮ ਔਰ ਸਿਲੀਕੋਨ ਪੇਸਟ। ਜਿਹੜਾ ਬ੍ਰੇਕ ਫਲੂਇਡ ਅਸੀਂ ਹਾਈਡ੍ਰੋਲਿਕ ਬ੍ਰੇਕ ਸਿਸਟਮ ਦੇ ਵਿੱਚ ਯੂਜ਼ ਕਰਾਂਗੇ, ਉਹ ਜ਼ਿਆਦਾਤਰ ਅਵੇਲੇਬਲ ਹੋਏਗਾ ਜਾਂ ਤਾਂ ਪੈਟਰੋਲੀਅਮ ਫੋਰਮ ਦੇ ਵਿੱਚ ਜਾਂ ਸਿਲੀਕੋਨ ਫੋਰਮ ਦੇ ਵਿੱਚ। ਸਿਰਫ ਦੋ ਕੈਟੇਗਰੀਜ਼ ਉਹਨਾਂ ਨੇ ਦੱਸੀਆਂ ਕਿਸੇ ਵੀ ਹਾਈਡ੍ਰੋਲਿਕ ਬ੍ਰੇਕ ਫਲੂਇਡ ਦੀਆਂ, ਉਹ ਕਿਹੜੀਆਂ ਕਿਹੜੀਆਂ ਨੇ, ਜਾਂ ਤਾਂ ਉਹ ਪੈਟਰੋਲੀਅਮ ਹੋਏਗਾ ਜਾਂ ਸਿਲੀਕੋਨ ਬੇਸ ਹੋਏਗਾ। ਪੈਟਰੋਲੀਅਮ ਕੀ ਹੁੰਦਾ, ਜਿੱਦਾਂ ਕਿ ਆਪਾਂ ਪੈਟਰੋਲ ਦੇਖਦੇ ਹਾਂ, ਡੀਜ਼ਲ ਦੇਖਦੇ ਹਾਂ, ਗਰੀਸ ਦੇਖਦੇ ਹਾਂ, ਇੰਜਨ ਆਇਲ ਦੇਖਦੇ ਹਾਂ, ਮੋਬਿਲ ਆਇਲ ਦੇਖਦੇ ਹਾਂ, ਇਹ ਸਾਰੇ ਦੇ ਸਾਰੇ ਜਿਹੜੇ ਨੇ ਨਾ ਇੱਕੋ ਚੀਜ਼ ਦੇ ਵਿੱਚੋਂ ਨਿਕਲਦੇ ਨੇ, ਤੇ ਉਹਦਾ ਨਾਮ ਕੀ ਹੈ, ਪੈਟਰੋਲੀਅਮ। ਪੈਟਰੋਲੀਅਮ ਇੱਕ ਕਾਲੇ ਰੰਗ ਦਾ ਗਾੜਾ ਜਿਹਾ ਮਤਲਬ ਚੀਜ਼ ਹੈ, ਗਾੜੀ ਜਿਹੀ ਚੀਜ਼ ਹੈ, ਜਿਹਦੇ ਵਿੱਚੋਂ ਅਸੀਂ ਅਲੱਗ ਅਲੱਗ ਤਰੀਕਿਆਂ ਦੇ ਨਾਲ ਪੈਟਰੋਲ ਵੀ ਕੱਢਦੇ ਹਾਂ, ਡੀਜ਼ਲ ਵੀ ਕੱਢਦੇ ਹਾਂ, ਦੂਜਾ ਮਿੱਟੀ ਦਾ ਤੇਲ ਕੈਰੋਸੀਨ ਵੀ ਕੱਢਦੇ ਹਾਂ, ਗਰੀਸ ਵੀ ਕੱਢਦੇ ਹਾਂ, ਜਾਂ ਇੰਜਨ ਆਇਲ ਵੀ ਕੱਢਦੇ ਹਾਂ, ਸਾਰੇ ਆਇਲ ਕੱਢਦੇ ਹਾਂ, ਉਹ ਸਾਰੇ ਪੈਟਰੋਲੀਅਮ ਚੋਂ ਨਿਕਲਦੇ ਨੇ। ਤੇ ਇਹਦਾ ਮਤਲਬ ਜਿਹੜਾ ਬ੍ਰੇਕ ਫਲੂਇਡ ਹੈ ਨਾ, ਉਹ ਵੀ ਪੈਟਰੋਲੀਅਮ ਦੇ ਵਿੱਚੋਂ ਨਿਕਲੇਗਾ, ਜਾਂ ਤਾਂ ਉਹ ਪੈਟਰੋਲੀਅਮ ਚੋਂ ਨਿਕਲਿਆ ਹੋਏਗਾ, ਜਾਂ ਫਿਰ ਉਹ ਸਿਲੀਕੋਨ ਬੇਸਡ ਹੋਏਗਾ, ਜਿਹਦੇ 'ਚ ਸਿਲੀਕੋਨ ਮਿਕਸ ਕਰਕੇ ਅਸੀਂ ਸਿੰਥੈਟਿਕਲੀ ਤਿਆਰ ਕੀਤਾ ਹੋਏਗਾ ਕਿਸੇ ਬ੍ਰੇਕ ਫਲੂਇਡ ਨੂੰ। ਠੀਕ ਹੈ, ਦੋ ਤਰ੍ਹਾਂ ਦੇ ਬ੍ਰੇਕ ਫਲੂਇਡ ਆਣਗੇ, ਜਾਂ ਤਾਂ ਸਿਲੀਕੋਨ ਬੇਸਡ ਜਾਂ ਫਿਰ ਪੈਟਰੋਲੀਅਮ। ਹੈਂਸ ਇਸ ਕਰਕੇ ਨੈਵਰ ਮਿਕਸ ਅਪ ਡਿਫਰੈਂਟ ਬ੍ਰੈਂਡ ਆਫ ਫਲੂਇਡ ਐਸ ਦੇਅਰ ਆਰ ਲਾਈਕਲੀ ਟੂ ਇਫੈਕਟ ਰਬਰ ਪਾਰਟਸ ਸੱਚ ਐਸ ਮਾਸਟਰ ਸਿਲੰਡਰ ਵਾਸ਼ਰਸ ਐਂਡ ਬ੍ਰੇਕ ਹੋਸਿਸ ਐਟਸੈਕਟਰਾ।
इस करके वह की कहते हैं कदे भी दो अलग अलग ब्रांड के फ्लूड नी मिक्स नहीं कर सकते क्योंकि सानू नहीं पता कि पेट्रोलीयम बेस्ड है तो कि सिलीकोन बेस्ड है ठीक है एज दे आर लाइकली टू इफेक्ट रबर पार्ट्स जे आप दो अलग अलग तरह के तेल मिक्स करके फिर अंदर जो रबर पार्ट्स लगे ने उन्होंने रबर पार्ट्स न इफेक्ट होएगा की इफेक्ट होएगा जो मास्टर सिलेंडर दॉशरस ने ब्रेक होसिस ने जिन्ना जिन्ना पाइप के हाइड्रोलिक ऑयल ने अगे जाना अगे मूव करना है वह जो चीजा ने जो पाइप ने खराब हो सकदिया ने इस करके उन्होंने की किया कदे भी दो अलग अलग ब्रांड के तेल जड़े ने उन्होंने मिक्स नहीं करना मिक्स ना करन दा मतलब की है भी वह मिक्स होकर कोई रिएक्शन ना करन उस रिएक्शन के नाल जिहड़ियां अंदर प्लास्टिक दीयां चीज़ां ने जिवें कि वॉशर्स हो गई या ब्रेक होसिस हो गई वह खराब ना हो जाए दिस रिजल्ट फॉल्ट इन ब्रेकिंग जेकर इदा हुंदा तो फिर की हुंदा ब्रेकिंग दे विच फॉल्ट क्रिएट हो जाता है ब्रेकिंग सिस्टम जिहड़ा वह सही तरह काम नहीं करता जे वॉशर्स वगैरह खराब हो जाए या ब्रेक होसिस वगैरह खराब हो जाए उदों की हुंदा ब्रेकिंग सिस्टम काम करना बंद कर देता है Brake fluid is subjected to gradual deterioration due to moisture content in the air which comes through the vent holes in master cylinder cap. Kende jehda brake fluid hai na oh gradually matlab holi holi deteriorate hunda hai kharab hunda hai. Kyon kharab hunda hai due to moisture content. Vi ohde ch jehda moisture da content aa janda hai na oh ki karda hai brake fluid nu kharab karda hai. Apa master cylinder dekhiya master cylinder de cap te na hole hunda hai. उस मास्टर सिलेंडर के कैप से जो होल है जो अंदर एयर एंटर करनी है उस होल के राही एयर एंटर करने एयर जी नमी है जो मॉइस्चर है वह भी एंटर करेगा जो मॉइस्चर एंटर कर गया तेल दे विच वो तेल ने की होना हौली हौली खराब होना स्टार्ट हो जाता है इस करके अब जो ब्रेक फ्लूड आप यूज करना है उन्होंने असी कुछ टाइम तो बाद चेंज भी करना है चेंज कर कारण की है नहीं तो मॉइस्चर ने उन्होंने खराब कर देना है ਜੇ ਮੋਇਸਚਰ ਉਹਨੂੰ ਮੋਇਸਚਰ ਦੇ ਕੰਟੈਕਟ ਦੇ ਵਿੱਚ ਆ ਗਿਆ ਤੇ ਫਿਰ ਉਹ ਕੀ ਹੋਏਗਾ ਖਰਾਬ ਹੋਣਾ ਸਟਾਰਟ ਹੋ ਜਾਏਗਾ ਇਸ ਕਰਕੇ ਸਾਨੂੰ ਬ੍ਰੇਕ ਫਲੂਇਡ ਨੂੰ ਕੁਝ ਸਮੇਂ ਬਾਅਦ ਚੇਂਜ ਵੀ ਕਰਨਾ ਪਏਗਾ ਕਿਉਂਕਿ ਉਹਨਾਂ ਨੇ ਆਪੇ ਲਿਖਿਆ ਵੀ ਇਹਦੇ ਵਿੱਚ ਗ੍ਰੈਜੂਅਲ ਡਿਟੇਰੀਏਸ਼ਨ ਹੁੰਦੀ ਹੈ ਮਤਲਬ ਹੌਲੀ ਹੌਲੀ ਬ੍ਰੇਕ ਫਲੂਇਡ ਜਿਹੜਾ ਉਹ ਖਰਾਬ ਹੁੰਦਾ ਕਿਹਦੇ ਕਰਕੇ ਖਰਾਬ ਹੁੰਦਾ ਮੋਇਸਚਰ ਕਰਕੇ ਖਰਾਬ ਹੁੰਦਾ ਮੋਇਸਚਰ ਕਿਹੜਾ ਜਿਹੜਾ ਏਅਰ ਦੇ ਵਿੱਚ ਸੀਗਾ ਏਅਰ ਕਿੱਥੋਂ ਆਈ ਉਹ ਵੈਂਟ ਹੋਲ ਦੇ ਵਿੱਚੋਂ ਆਈ ਜਿਹੜਾ ਮਾਸਟਰ ਸਿਲੰਡਰ ਦੇ ਕੈਪ ਤੇ ਸੀ इस करके सानू ब्रेक फ्लूड नू कुछ टाइम तो बाद चेंज भी करना पेगा अगो की टॉपिक आंदा जी करैक्टरिस्टिक्स ऑफ ब्रेक फ्लूड भी जिहड़ा ब्रेक फ्लूड आपां यूज करिए उहदियां की प्रॉपर्टीज होनी चाहीदियां वह किद्दां दा होना चाहिए है पहली प्रॉपर्टी की है या पहला करैक्टरिस्टिक्स की है इट शुड नॉट सॉफ्टन द रबर पार्ट्स यूज इन द हाइड्रोलिक ब्रेक सिस्टम हाइड्रोलिक ब्रेक सिस्टम के जिन्ने भी रबड़ दे या प्लास्टिक दे पार्ट आपां यूज करदे पए आ ਉਹ ਜਿਹੜੇ ਪਾਰਟਸ ਆਪਾਂ ਯੂਜ਼ ਕਰਦੇ ਪਏ ਹਾਂ ਕਿਸੇ ਵੀ ਪਾਰਟ ਨੂੰ ਹਾਈਡ੍ਰੋਲਿਕ ਆਇਲ ਜਿਹੜਾ ਹੈ ਬ੍ਰੇਕ ਫਲੂਇਡ ਜਿਹੜਾ ਹੈ ਉਹ ਸੌਫਟ ਨਾ ਕਰੇ ਖਰਾਬ ਨਾ ਕਰੇ ਠੀਕ ਹੈ ਪਹਿਲਾ ਜਿਹੜਾ ਕਰੈਕਟਰਿਸਟਿਕ ਹੈ ਕਿਸੇ ਵੀ ਬ੍ਰੇਕ ਫਲੂਇਡ ਦਾ ਉਹ ਇਹ ਹੋਣਾ ਚਾਹੀਦਾ ਹੈ ਵੀ ਜੇ ਹਾਈਡ੍ਰੋਲਿਕ ਸਿਸਟਮ 'ਚ ਆਪਾਂ ਉਹਨੂੰ ਯੂਜ਼ ਕਰਦੇ ਪਏ ਹਾਂ ਹਾਈਡ੍ਰੋਲਿਕ ਸਿਸਟਮ ਦੇ ਵਿੱਚ ਜਿੰਨੇ ਵੀ ਰਬੜ ਦੇ ਪਾਰਟ ਨੇ ਚਾਹੇ ਉਹ ਪਾਈਪਾਂ ਨੇ ਚਾਹੇ ਉਹ ਮਾਸਟਰ ਸਿਲੰਡਰ ਦਾ ਕੋਈ ਪਾਰਟ ਹੈ ਚਾਹੇ ਉਹ ਰਬੜ ਦਾ ਆਪਣਾ ਰਿਜ਼ਰਵਰ ਦਾ ਕੋਈ ਪਾਰਟ ਹੈ ਚਾਹੇ ਉਹ ਕਿਸੇ ਵੀ ਚੀਜ਼ ਦਾ ਕੋਈ ਪਾਰਟ ਹੈ ਚਾਹੇ ਉਹ ਵੀਲ ਸਿਲੰਡਰ ਦਾ ਪਾਰਟ ਹੈ ਉਹ ਕਿਸੇ ਵੀ ਪਾਰਟ ਨੂੰ ਖਰਾਬ ਨਾ ਕਰ ਸਕੇ ਸੌਫਟ ਨਾ ਕਰ ਸਕੇ ਜੇ ਕੋਈ ਪਾਰਟ ਸੌਫਟ ਹੁੰਦਾ ਹੈ ਜਾਂ ਖਰਾਬ ਹੁੰਦਾ ਹੈ ਉਹਦੇ ਨਾਲ ਕੀ ਹੋਏਗਾ ਜਿਹੜੀ ਮਤਲਬ ਬ੍ਰੇਕਿੰਗ ਸਿਸਟਮ ਦੀ ਲਾਈਫ ਹੈ ਉਹ ਘਟੇਗੀ ਹਾਈਡ੍ਰੋਲਿਕ ਬ੍ਰੇਕਿੰਗ ਸਿਸਟਮ ਦੀ ਲਾਈਫ ਘਟੇਗੀ ਇਸ ਕਰਕੇ ਕੋਈ ਇੱਦਾਂ ਦਾ ਮਟੀਰੀਅਲ ਆਪਾਂ ਯੂਜ਼ ਨਹੀਂ ਕਰਨਾ ਜਿਹੜਾ ਲਾਈਫ ਨੂੰ ਘਟਾਵੇ ਕਿਸੇ ਵੀ ਪਾਰਟ It should not corrode or rust metallic parts in the brake system. Jinne vi brake system de vich metallic de parts lagge ne, unna nu kise vi tarah da corrosion na hove ya rust na lagge. Matlab metallic de jehde parts ne, metal de jehde parts ne, unna nu jangal na lagge. Eh na hoye apa pipa use karde pe ha, pipa de vichon apa sada pass karda pya brake fluid te brake fluid jadon pipa chon pass kare te pipa hi jangaliya jaan. ਇੱਦਾਂ ਦਾ ਬ੍ਰੇਕ ਫਲੂਇਡ ਆਪਾਂ ਕਦੀ ਨਹੀਂ ਯੂਜ਼ ਕਰਨਾ ਜਿਹੜਾ ਮੈਟੈਲਿਕ ਦੇ ਪਾਰਟਸ ਨੂੰ ਖਰਾਬ ਕਰੇ ਰਸਟ ਕਰੇ ਜਾਂ ਜੰਗਾਲ ਲਗਾਉਣ ਦੀ ਕੋਸ਼ਿਸ਼ ਕਰੇ ਇਟ ਸ਼ੁੱਡ ਨੋਟ ਵੈਪਰਾਈਜ਼ ਐਟ ਹਾਈ ਟੈਂਪਰੇਚਰਸ ਹਾਈ ਟੈਂਪਰੇਚਰ ਜੇਕਰ ਹੋ ਜਾਵੇ ਤੇ ਉਦੋਂ ਵੈਪਰਾਈਜ਼ ਨਾ ਕਰੇ ਕਿਉਂਕਿ ਗੱਡੀ ਨੇ ਜਦੋਂ ਚੱਲਣਾ ਹੈ ਗੱਡੀ ਨੇ ਜਦੋਂ ਮੂਵ ਕਰਨਾ ਹੈ ਰੋਡ ਦੇ ਉੱਤੇ ਮੂਵ ਕਰਨਾ ਹੈ ਕਈ ਵਾਰ ਟੈਂਪਰੇਚਰ 40-40 50-50 ਡਿਗਰੀ ਵੀ ਹੋ ਜਾਂਦਾ ਆਪਣੇ ਇੰਡੀਆ ਦੇ ਵਿੱਚ ਜਾਂ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਗੱਡੀ ਜਦੋਂ ਚੱਲਦੀ ਹੈ ਉਦੋਂ ਵੀ
ਗੱਡੀ ਦੇ ਇੰਜਨ ਦੀ ਹੀਟ, ਟਾਇਰਾਂ ਦੀ ਹੀਟ ਜਾਂ ਉਦਾਂ ਅੰਦਰ ਹੀਟ ਪੈਦਾ ਹੋਣੀ, ਉਹ ਹੀਟ ਜਦੋਂ ਇੰਜਨ 'ਚ ਪਹੁੰਚਣੀ, ਇੰਜਨ ਤੋਂ ਆਪਣੇ ਹਾਈਡਰੋਲਿਕ ਬ੍ਰੇਕ ਸਿਸਟਮ 'ਚ ਪਹੁੰਚਣੀ ਹੈ, ਉਹਦਾ ਟੈਂਪਰੇਚਰ ਵੀ ਵਧਣਾ, ਤੇ ਉਹਦਾ ਜਦੋਂ ਟੈਂਪਰੇਚਰ ਵਧੇ ਵੇਪਰਾਈਜ਼ ਨਾ ਹੋਣ ਲੱਗ ਪਵੇ, ਐ ਨਾ ਹੋਵੇ ਵੀ ਉਹਨੂੰ ਮਾੜੀ ਹੀਟ ਮਿਲੀ ਤੇ ਉਹ ਉੱਡੀ ਗਿਆ ਸਾਰੇ ਦਾ ਸਾਰਾ ਬ੍ਰੇਕ ਫਲੂਇਡ। ਠੀਕ ਹੈ, ਕਿਉਂਕਿ ਹੀਟ ਤੇ ਇੰਜਨ 'ਚ ਪੈਦਾ ਹੋਣੀ ਹੋਣੀ, ਗੱਡੀ 'ਚ ਪੈਦਾ ਹੋਣੀ ਹੋਣੀ ਹੈ, ਇਸ ਕਰਕੇ ਇਹ ਜਿਹੜੀ ਚੀਜ਼ ਹੈ ਵੇਪਰਾਈਜ਼ ਨਹੀਂ ਹੋਣੀ ਚਾਹੀਦੀ, ਭਾਫ਼ ਬਣ ਕੇ ਉੱਡਣੀ ਨਹੀਂ ਚਾਹੀਦੀ ਬ੍ਰੇਕ ਫਲੂਇਡ ਦੀ ਪ੍ਰੋਪਰਟੀ, ਕੁਛ ਏਦਾਂ ਦੀ ਆਪਾਂ ਬ੍ਰੇਕ ਫਲੂਇਡ ਯੂਜ਼ ਕਰਾਂਗੇ। ਫੋਰਥ ਪੁਆਇੰਟ, ਇਟ ਸ਼ੁੱਡ ਨੋਟ ਸੋਲੀਡੀਫਾਈ ਐਟ ਲੋ ਟੈਂਪਰੇਚਰ। ਜੇ ਟੈਂਪਰੇਚਰ ਇੰਡੀਆ ਦੇ ਵਿੱਚ 40-50 ਡਿਗਰੀ ਵੀ ਜਾਂਦਾ ਹੈ, ਤੇ ਕੋਈ ਟਾਈਮ ਸਰਦੀਆਂ 'ਚ ਏਦਾਂ ਵੀ ਹੁੰਦਾ ਜੀਰੋ ਟੈਂਪਰੇਚਰ 0 ਡਿਗਰੀ ਵੀ ਹੋ ਜਾਂਦਾ, 10 ਡਿਗਰੀ ਤੱਕ ਵੀ ਹੋ ਜਾਂਦਾ, ਈਵਨ 0 ਤੋਂ ਵੀ ਡਾਊਨ ਚਲਾ ਜਾਂਦਾ ਕਈ ਜਗ੍ਹਾ ਤੇ ਇੰਡੀਆ ਦੇ ਵਿੱਚ। ਆਪਾਂ ਜੇ ਟੈਂਪਰੇਚਰ ਦੀ ਗੱਲ ਕਰਦੇ ਹਾਂ, ਮਤਲਬ ਹਿਲੀ ਏਰੀਆਸ ਦੀ ਗੱਲ ਕਰਦੇ ਹਾਂ, ਟੈਂਪਰੇਚਰ 0 ਤੋਂ ਵੀ ਡਾਊਨ ਚਲਾ ਜਾਂਦਾ। ਜਦੋਂ ਟੈਂਪਰੇਚਰ 0 ਤੋਂ ਵੀ ਡਾਊਨ ਚਲਾ ਜਾਵੇ ਨਾ, ਉਦੋਂ ਇਹ ਨਾ ਹੋਵੇ ਵੀ ਮਤਲਬ ਬ੍ਰੇਕ ਫਲੂਇਡ ਹੀ ਜੰਮ ਜਾਵੇ, ਤੇ ਜੇ ਬ੍ਰੇਕ ਫਲੂਇਡ ਹੀ ਜੰਮ ਗਿਆ ਤੇ ਬ੍ਰੇਕ ਇਹਦੇ ਨਾਲ ਲਾਉਣੀ ਹੈ ਫਿਰ ਆਪਾਂ, ਫਿਰ ਤੇ ਬ੍ਰੇਕ ਲੱਗਣੀ ਨਹੀਂ ਜੇ ਬ੍ਰੇਕ ਫਲੂਇਡ ਜੰਮ ਗਿਆ। ਇਸ ਕਰਕੇ ਨਾ ਹੀ ਬ੍ਰੇਕ ਫਲੂਇਡ ਵੇਪਰਾਈਜ਼ ਕਰੇ ਤੇ ਨਾ ਹੀ ਬ੍ਰੇਕ ਫਲੂਇਡ ਜਿਹੜਾ ਜੰਮੇ, ਏਦਾਂ ਦਾ ਬ੍ਰੇਕ ਫਲੂਇਡ ਆਪਾਂ ਯੂਜ਼ ਕਰਨਾ ਹੈ। ਇਟ ਮਸਟ ਐਕਟ ਐਜ਼ ਲੁਬਰੀਕੈਂਟ ਟੂ ਦੀ ਮੂਵਿੰਗ ਪਾਰਟਸ ਇਨ ਸਾਈਡ ਦੀ ਸਿਸਟਮ। ਸਿਸਟਮ ਦੇ ਵਿੱਚ ਜਿੰਨੇ ਵੀ ਮੂਵਿੰਗ ਪਾਰਟਸ ਨੇ ਉਹਨਾਂ ਸਾਰਿਆਂ ਨੂੰ ਇਹ ਲੁਬਰੀਕੇਟ ਵੀ ਕਰੇ, ਮਤਲਬ ਇੱਕ ਤਰ੍ਹਾਂ ਲੁਬਰੀਕੈਂਟ ਦਾ ਕੰਮ ਵੀ ਕਰੇ। ਏਦਾਂ ਦਾ ਅਸੀਂ ਬ੍ਰੇਕ ਫਲੂਇਡ ਜਿਹੜਾ ਯੂਜ਼ ਕਰਾਂਗੇ ਵੀ ਮਤਲਬ ਜਿਹੜੇ ਅੰਦਰ ਪਾਰਟਸ ਨੇ ਮੂਵਿੰਗ ਵਾਲੇ ਉਹ ਆਪਣੇ ਆਪ ਲੁਬਰੀਕੈਂਟ ਹੁੰਦੇ ਰਹਿਣ। ਜੇ ਉਹ ਲੁਬਰੀਕੈਂਟ ਨਹੀਂ ਹੋਣਗੇ ਫਿਰ ਇਹ ਵੀਅਰ ਐਂਡ ਟੀਅਰ ਵਧੇਗਾ, ਤੇ ਵੀਅਰ ਐਂਡ ਟੀਅਰ ਨੂੰ ਅਸੀਂ ਕੋਸ਼ਿਸ਼ ਕੀ ਕਰਨੀ ਹੈ ਘਟਾਉਣ ਦੀ। ਜਿੰਨਾ ਵੀਅਰ ਐਂਡ ਟੀਅਰ ਘੱਟ ਹੋਏਗਾ ਉਨੀ ਚੀਜ਼ ਦੀ ਲਾਈਫ ਜਿਹੜੀ ਹੈ ਉਹ ਜ਼ਿਆਦਾ ਹੋਏਗੀ। ਇਸ ਕਰਕੇ ਅਸੀਂ ਕੋਸ਼ਿਸ਼ ਕੀ ਕਰਨੀ ਹੈ ਵੀ ਜਿਹੜਾ ਸਾਡਾ ਲੁਬਰੀਕੈਂਟ ਹੈ ਉਹ ਆਪਣਾ ਜਿਹੜਾ ਬ੍ਰੇਕ ਫਲੂਇਡ ਹੈ ਉਹ ਇੱਕ ਤਰ੍ਹਾਂ ਲੁਬਰੀਕੈਂਟ ਦਾ ਕੰਮ ਵੀ ਕਰੇ ਜਿਹੜੇ ਮੂਵਿੰਗ ਪਾਰਟਸ ਨੇ। ਇਟ ਸ਼ੁੱਡ ਨੋਟ ਬੀ ਕੰਪਰੈਸੀਬਲ, ਏਦਾਂ ਦਾ ਨਹੀਂ ਹੋਵੇ ਜਿਹਨੂੰ ਆਪਾਂ ਕੰਪਰੈਸ ਕਰ ਸਕੀਏ, ਇਨਕੰਪਰੈਸੀਬਲ ਹੋਣਾ ਚਾਹੀਦਾ। ਇਨਕੰਪਰੈਸੀਬਲ ਹੋਣ ਦੇ ਨਾਲ ਕੀ ਹੋਏਗਾ, ਕੀ ਬੈਨੀਫਿਟ ਹੋਏਗਾ ਵੀ ਜਦੋਂ ਆਪਾਂ ਬ੍ਰੇਕ ਲਗਾਵਾਂਗੇ ਤੇ ਬ੍ਰੇਕ ਤਾਂ ਹੀ ਲੱਗੇਗੀ ਜੇ ਇਹ ਇਨਕੰਪਰੈਸੀਬਲ ਹੋਏਗਾ। ਠੀਕ ਹੈ, ਜੇ ਇਹ ਕੰਪਰੈਸੀਬਲ ਹੋਏਗਾ ਫਿਰ ਕੀ ਹੋਣਾ, ਫਿਰ ਇਹਨੇ ਕੰਪਰੈਸ ਕਰ ਜਾਣਾ। ਆਪਾਂ ਨਹੀਂ ਚਾਹੁੰਦੇ ਵੀ ਸਾਡਾ ਬ੍ਰੇਕ ਫਲੂਇਡ ਜਿਹੜਾ ਕੰਪਰੈਸ ਕਰ ਜਾਵੇ, ਜੇ ਉਹ ਕੰਪਰੈਸ ਕਰ ਗਿਆ ਫਿਰ ਉਹਨੇ ਬ੍ਰੇਕ ਨਹੀਂ ਲਗਾਉਣੀ। ਬ੍ਰੇਕ ਲੱਗਦੀ ਹੀ ਤਾਂ ਹੈ ਜੇ ਬ੍ਰੇਕ ਫਲੂਇਡ ਜਿਹੜਾ ਉਹ ਇਨਕੰਪਰੈਸੀਬਲ ਹੁੰਦਾ ਤਾਂ ਹੀ ਬ੍ਰੇਕ ਲੱਗਦੀ। 7th ਪੁਆਇੰਟ, ਇਟ ਕੈਨ ਬੀ ਯੂਜ਼ਡ ਫੋਰ ਲੌਂਗ ਟਾਈਮ ਵਿਦਆਊਟ ਲੂਜ਼ਿੰਗ ਇਟਸ ਕਰੈਕਟਰਿਸਟਿਕਸ, ਵੀ ਇਹਨੂੰ ਆਪਾਂ ਜ਼ਿਆਦਾ ਟਾਈਮ ਦੇ ਲਈ ਯੂਜ਼ ਕਰ ਸਕੀਏ ਵਿਦਆਊਟ ਲੂਜ਼ਿੰਗ ਇਟਸ ਕਰੈਕਟਰਿਸਟਿਕਸ, ਮਤਲਬ ਆਪਣੀਆਂ ਪ੍ਰੋਪਰਟੀਜ਼ ਨੂੰ ਖਤਮ ਨਾ ਕਰੇ ਤੇ ਲੰਬੇ ਸਮੇਂ ਤੱਕ ਉੱਦਾਂ ਦਾ ਉੱਦਾਂ ਹੀ ਰਹੇ ਜਿੱਦਾਂ ਆਪਾਂ ਮੰਨ ਲਓ ਜਿਵੇਂ ਆਪਾਂ ਨਵਾਂ ਬ੍ਰੇਕ ਫਲੂਇਡ ਲਿਆ ਸੀਗਾ ਉਹਨੂੰ ਯੂਜ਼ ਕਰਦੇ ਪਏ ਸੀਗੇ। ਇਹ ਨਾ ਹੋਵੇ ਵੀ ਮਤਲਬ ਮਹੀਨਾ ਯੂਜ਼ ਕਰਨ ਤੋਂ ਬਾਅਦ ਇਹਦੀਆਂ ਪ੍ਰੋਪਰਟੀਜ਼ ਖਤਮ ਹੋ ਜਾਣ, ਜਾਂ 2 ਮਹੀਨੇ ਯੂਜ਼ ਕਰਨ ਤੋਂ ਬਾਅਦ ਇਹਦੀਆਂ ਪ੍ਰੋਪਰਟੀਜ਼ ਖਤਮ ਹੋਣ। ਇੱਕ ਵਾਰੀ ਜੇ ਬ੍ਰੇਕ ਫਲੂਇਡ ਪਾਇਆ ਤੇ ਉਹ ਚੰਗੇ ਟਾਈਮ ਕੱਢ ਜਾਵੇ, ਏਦਾਂ ਦਾ ਆਪਾਂ ਬ੍ਰੇਕ ਫਲੂਇਡ ਯੂਜ਼ ਕਰਾਂਗੇ। ਸੋ ਇਹ ਸੀਗਾ ਤੁਹਾਡਾ ਅੱਜ ਦਾ ਟੋਪਿਕ ਜਿਹਦੇ 'ਚ ਅਸੀਂ ਸਟੱਡੀ ਕੀਤਾ ਐਡਵਾਂਟੇਜਿਸ ਆਫ ਹਾਈਡਰੋਲਿਕ ਬ੍ਰੇਕ ਸਿਸਟਮ, ਡਿਸਐਡਵਾਂਟੇਜਿਸ ਆਫ ਹਾਈਡਰੋਲਿਕ ਬ੍ਰੇਕ ਸਿਸਟਮ, ਬ੍ਰੇਕ ਫਲੂਇਡ ਕੀ ਹੈ ਤੇ ਕਰੈਕਟਰਿਸਟਿਕਸ ਕੀ ਨੇ ਕਿਸੇ ਵੀ ਅੱਛੇ ਬ੍ਰੇਕ ਫਲੂਇਡ ਦੇ। ਸੋ ਅੱਜ ਦੇ ਟੋਪਿਕ ਦੇ ਵਿੱਚ ਇੰਨਾ ਹੀ, ਅੱਜ ਦੇ ਲੈਕਚਰ 'ਚ ਇੰਨਾ ਹੀ, ਬਾਕੀ ਅਸੀਂ ਨੈਕਸਟ ਲੈਕਚਰ 'ਚ ਸਟੱਡੀ ਕਰਾਂਗੇ ਜਿੱਦਾਂ ਵੀ ਹੋਏਗਾ ਜੋ ਟੋਪਿਕ ਵੀ ਹੋਏਗਾ। ਸੋ ਅੱਜ ਲਈ ਥੈਂਕ ਯੂ ਸੋ ਮੱਚ।